आम आदमी पार्टी के आगू नेम चंद चौधरी वालों हलका सदोवर के पिंड अंदर आम आदमी पार्टी की मजबूती लिए लगातार पिंड अंदर रैलियां की जा रही ने। इस लड़ी तहत हलका सदोगढ़ के पिंड मीरपुर कलां विखे आम आदमी पार्टी की रैली की गई, जिस विच पिंड के नौजवान ते औरतां समेत लोगों ने वड्डी गिणती विच भाग लिया। इस समय लोगों नूं संबोधन करदिआं आम आदमी पार्टी के आगू नेम चंद चौधरी ने की कहा, आओ तुहानूं सुणाउंदे आं। ਸਾਡੇ ਹਸਪਤਾਲਾਂ ਦੇ ਵਿੱਚ ਇਲਾਜ ਸਾਡਾ ਹੁੰਦਾ ਕੋਈ ਨਹੀਂ, ਇਲਾਜ ਹੋਣ ਦੀ ਬਜਾਏ ਸਾਨੂੰ ਖੱਜਲ ਖੁਆਰੀ ਹੋਣੀ ਪੈਂਦੀ ਹੈ। 10 ਰੁਪਏ ਪੰਜਾਬ ਦੇ ਵਿੱਚ ਕਿੰਨੀ ਹੈ? 10 ਰੁਪਏ ਰੇਟ ਦਿੱਲੀ ਦੇ ਵਿੱਚ 4 ਗੁਣਾ ਘੱਟ, ਮਤਲਬ ਦਿੱਲੀ ਤੋਂ 4 ਗੁਣਾ ਰੇਟ ਜ਼ਿਆਦੇ ਪੰਜਾਬ ਦੇ ਵਿੱਚ। ਲੇਕਿਨ ਅਸੀਂ ਵੋਟਾਂ ਇਹਨਾਂ ਦੀਆਂ ਸੰਦੂਕੜੀਆਂ ਤਾੜ ਤਾੜ ਭਰਦੇ ਹਾਂ, ਪੂਰੀਆਂ ਭਰਦੇ ਹਾਂ ਵੀ ਜਿੰਨਾ ਚਿਰ ਮਸ਼ੀਨ ਨਹੀਂ ਪਾੜਦੀ। ਅਸੀਂ ਅਕਾਲੀ ਦਲ ਨੂੰ ਪਾਉਣੀਆਂ, ਅਸੀਂ ਕਾਂਗਰਸ ਨੂੰ ਪਾਉਣੀਆਂ, ਲੇਕਿਨ ਹੁਣ ਇਹਨਾਂ ਤੋਂ ਤੁਹਾਨੂੰ ਖਹਿੜਾ ਛਡਾਉਣਾ ਪਏਗਾ। 1.5 ਸਾਲ ਪਿਆ, 1.5 ਸਾਲ ਦਾ ਸਮਾਂ ਬਹੁਤ ਹੁੰਦਾ ਹੈ। ਤੁਹਾਡੇ ਰਾਸ਼ਨ ਕਾਰਡ ਤੁਹਾਡੇ ਕੱਟੇ ਗਏ, ਤੁਹਾਨੂੰ ਰਾਸ਼ਨ ਮਿਲਦਾ ਕੋਈ ਨਹੀਂ, ਕੋਰੋਨਾ ਦੇ ਵਿੱਚ ਤੁਹਾਨੂੰ ਕੋਈ ਸਹੂਲਤ ਨਹੀਂ ਮਿਲਦੀ, ਤੁਹਾਨੂੰ ਹਸਪਤਾਲਾਂ ਦੇ ਵਿੱਚ ਕੋਈ ਸਹੂਲਤ ਨਹੀਂ ਮਿਲਦੀ, ਤੁਹਾਨੂੰ ਸਕੂਲਾਂ ਦੇ ਵਿੱਚ ਕੋਈ ਸਹੂਲਤ ਨਹੀਂ ਮਿਲਦੀ, ਤੁਹਾਨੂੰ ਸਰਕਾਰੀ ਦਰਬਾਰੇ ਜਾ ਕੇ ਧੱਕੇ ਖਾ ਕੇ ਤੁਹਾਨੂੰ ਉੱਥੇ ਕੋਈ ਸਹੂਲਤ ਨਹੀਂ ਮਿਲਦੀ। ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਵੋਟਾਂ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਪਾਓਗੇ, ਇੱਕ ਵਾਰ ਕੇਜਰੀਵਾਲ ਦੀ ਸਰਕਾਰ ਬਣਾਓਗੇ, ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਓਗੇ, ਤਾਂ ਪੰਜਾਬ ਦਾ ਭਲਾ ਹੋ ਸਕਦਾ, ਇਮਾਨਦਾਰ ਲੋਕਾਂ ਨੂੰ ਅੱਗੇ ਲਿਆ ਕੇ ਹੀ ਪੰਜਾਬ ਦਾ ਭਲਾ ਹੋ ਸਕਦਾ। ਨਹੀਂ ਪੰਜਾਬ ਦਾ ਭਲਾ ਵੀਰੋ, ਨਸ਼ਾ ਇੱਥੇ ਬੋਲਬਾਲਾ, ਨਸ਼ੇ ਦਾ ਬੋਲਬਾਲਾ ਪੂਰਾ ਜ਼ਿਆਦੇ ਹੈ, ਲੁੱਟ ਘਸੁੱਟ ਦਾ ਬੋਲਬਾਲਾ ਪੂਰਾ ਜ਼ਿਆਦੇ ਹੈ। ਇਹ ਕੈਪਟਨ ਮਹਿਲਾਂ ਦੇ ਵਿੱਚੋਂ ਨਹੀਂ ਨਿਕਲਦਾ, ਸਾਡਾ ਭਲਾ ਕੀ ਕਰੇਗਾ? ਅਕਾਲੀ ਦਲ ਨੇ ਬੇਅਦਬੀ ਕੀਤੀ, ਅਕਾਲੀ ਦਲ ਨੇ ਲੁੱਟ ਘਸੁੱਟ ਕੀਤੀ, ਜਦੋਂ ਇਹਨਾਂ ਲੋਕਾਂ ਨੇ ਸਾਨੂੰ ਤਾਂ ਕੀ ਸਾਡੇ ਗੁਰੂਆਂ ਨੂੰ ਨਹੀਂ ਛੱਡਿਆ, ਸਾਡੇ ਗੁਰੂਆਂ ਨੂੰ ਨਹੀਂ ਛੱਡਿਆ, ਸਾਡੇ ਗ੍ਰੰਥਾਂ ਨੂੰ ਨਹੀਂ ਛੱਡਿਆ। ਲੇਕਿਨ ਆਪਦੀ ਵੋਟ ਲੈਣ ਵਾਸਤੇ ਇਹ ਐਸੀ ਕੋਈ ਨਾ ਕੋਈ ਸ਼ੁਰਲੀ ਛੱਡਦੇ ਆ, ਅਸੀਂ ਵੋਟਾਂ ਮਗਰ ਲੱਗ ਕੇ ਪਾ ਦਿੰਦੇ। ਕਿਸਾਨਾਂ ਦਾ ਬੁਰਾ ਹਾਲ ਹੈ, ਗਰੀਬਾਂ ਦਾ ਬੁਰਾ ਹਾਲ ਹੈ, ਦੁਕਾਨਦਾਰਾਂ ਦਾ ਬੁਰਾ ਹਾਲ ਹੈ। ਇਹ ਘਰਾਂ ਦੇ ਲੋਕ ਗਰੀਬਾਂ ਤੇ ਤਵਾ ਲਾਉਂਦੇ ਆ ਵੀ ਇਹ ਤਾਂ ਪਊਏ ਪਿੱਛੇ ਵਿਕ ਜਾਂਦੇ ਆ, ਇਹ 200 ਰੁਪਏ ਪਿੱਛੇ ਵਿਕਦੇ ਆ, ਕਹਿੰਦੇ ਆ ਨਾ ਜੀ, ਕਹਿੰਦੇ ਆ, ਬੋਲੋ, 200 ਰੁਪਏ ਪਿੱਛੇ ਵਿਕ ਜਾਂਦੇ ਆ, ਬੋਤਲ ਪਿੱਛੇ ਵਿਕ ਜਾਂਦੇ ਆ। ਲੇਕਿਨ ਮੈਨੂੰ ਐ ਦੱਸੋ, ਇਹ ਪੈਸੇ ਦਿੰਦੇ ਕਿੱਥੋਂ ਆ? ਕਿਹੜੇ ਖੇਤ ਦੀ ਕਣਕ ਵੇਚ ਕੇ ਤੁਹਾਨੂੰ ਪੈਸੇ ਦਿੰਦੇ ਆ? ਕਿਹੜੇ ਖੇਤ ਦਾ ਨਰਮਾ ਝੋਨਾ ਵੇਚ ਕੇ ਤੁਹਾਨੂੰ ਪੈਸੇ ਦਿੰਦੇ ਆ? ਲੁੱਟਿਆ ਤਾਂ ਸਾਡੇ ਤੋਂ ਹੀ ਹੈ, ਲੁੱਟਿਆ ਤਾਂ ਸਾਡੇ ਤੋਂ ਹੀ ਹੈ। ਲੇਕਿਨ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, ਵੋਟ ਜਿਹੜੀ ਜਿੰਨਾ ਚਿਰ ਤੀਸਰੀ ਧਿਰ ਨੂੰ ਨਹੀਂ ਪੈਂਦੀ, ਜਿੰਨਾ ਚਿਰ ਤੀਜਾ ਬੰਦਾ ਵਿਚਾਲੇ ਨਹੀਂ ਆਉਂਦਾ। ਇਹ ਕੈਪਟਨ ਤੇ ਬਾਦਲ ਤਾਂ ਰਲੇ ਹੋਏ ਆ, ਇਹਨਾਂ ਦਾ ਫਰਕ ਕੀ ਹੈ? ਇੱਕ ਚਿੱਟੀ ਪੱਗ ਬੰਨ ਲੈਂਦਾ, ਇੱਕ ਨੀਲੀ ਬੰਨ ਲੈਂਦਾ, ਫਰਕ ਇੰਨਾ ਕੀ ਹੈ? ਅੱਜ ਦੀ ਰੈਲੀ ਸਮੇਂ ਪਿੰਡ ਮੀਰਪੁਰ ਕਲਾਂ ਦੇ ਲੋਕ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸ੍ਰੀ ਨੇਮ ਚੰਦ ਚੌਧਰੀ ਨੇ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਦੇ ਗਲਾਂ ਵਿੱਚ ਪਾਰਟੀ ਚਿੰਨ੍ਹ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਬਿਊਰੋ ਰਿਪੋਰਟ, ਚੱਕ ਦੇ ਪੰਜਾਬ, ਸਰਦੂਲਗੜ੍ਹ ਤੋਂ।